ਅਕਮ ਦੋਸਤੋ ਤੁਸੀਂ ਦੇਖ ਰਹੇ ਹੋ ਅਨਮੋਲ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਫੈਸਲ ਜੋਈਆ ਦੋਸਤੋ ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਰੋ ਪ੍ਰੈਸ ਤਾਂਕਿ ਸਾਡੀ ਲੇਟੈਸਟ ਔਰ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਸਾਡੇ ਵੀਰਾਂ ਤੱਕ ਬਾਸਾਨੀ ਪਹੁੰਚ ਸਕੇ ਦੋਸਤੋ ਅੱਜ ਸਿਨਮੋਲ ਚੈਨਲ ਤੇ ਆਪਣੇ ਵੀਰਾਂ ਲਈ ਇੱਕ ਤੀਜਣ ਮਾਈ ਦੀ ਵੀਡੀਓ ਲੈ ਕੇ ਆਏ ਆ ਤੀਸਰਾ ਸੁਆ ਸੁਈਏ ਚਾਰ ਤੋਂ ਪੰਜ ਦਿਨ ਹੋ ਗਏ ਮਾਈ ਸੁਈ ਨੂੰ ਮਾਸ਼ਾਅੱਲਾ ਬੜਾ ਖੂਬਸੂਰਤ ਜਾਨਵਰ ਹੈ ਕੈਮਰਾਮੈਨ ਸਾਹਿਬ ਜ਼ਰਾ ਤਸਲੀਆਂ ਕਰਵਾ ਦਿਓ ਮਾਸ਼ਾਅੱਲਾ ਕੈਲੀ ਬੂਰੀ ਹੈ ਜਨਾਬ ਬੱਲਾ ਮੱਥਾ ਬੱਗੀ ਮੋਛੇ ਚਾਰੇ ਖੁਰ ਸਫੈਦ ਨੇ ਮੱਝ ਦੇ ਔਰ ਮਾਸ਼ਾਅੱਲਾ ਬੜਾ ਖੂਬਸੂਰਤ ਥੱਬੇ ਦਾ ਹਵਾਨਾ ਮੱਝ ਦੇ ਕੋਲੇ ਤੀਸਰਾ ਸੁਆ ਸੁਈਏ 4 ਤੋਂ 5 ਦਿਨ ਹੋ ਗਿਆ ਜਾਂ 5 ਤੋਂ 6 ਦਿਨ ਹੋ ਗਿਆ ਮੱਝ ਸੁਈ ਨੂੰ 16 ਤੋਂ 17 ਕਿਲੋ ਹਾਜ਼ਰ ਟਾਈਮ ਕੱਟੀ ਨੂੰ ਛੱਡ ਕੇ ਮੱਝ ਦੇ ਕੋਲੇ ਦੁੱਧ ਦੇ ਬਗੈਰ ਖਾਲ ਵੰਡੇ ਤੋਂ ਮਾਸ਼ਾਅੱਲਾ ਬੇੜੇ ਜਿੱਦੀ ਮੱਝ ਹੈਗੀ ਜਨਾਬ ਪਿਓਰ ਲੀਲੀ ਦੀ ਖਾਸ ਹੈ ਤੁੰਨੀ ਕੋੜੀ ਦਾ ਨਿਸ਼ਾਨ ਤੱਕ ਨਹੀਂ ਹੈ ਮੱਝ ਨੂੰ ਪਿੱਛੇ ਘੱਟੀ ਏ ਤੀਸਰਾ ਸੁਆ ਇਹ ਮੈਸੂਈਏ ਔਰ ਵੀ ਪਲੱਸ ਕਰਨ ਵਾਲੀ ਮੱਝ ਹੈ ਮਾਸ਼ਾਅੱਲਾ ਕੈਮਰਾਮੈਨ ਸਾਹਿਬ ਜ਼ਰਾ ਅچھے ਤਰੀਕੇ ਨਾਲ ਜਾਨਵਰ ਦਿਖਾਓ ਜਾਨਵਰ ਦਿਖਾਨ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਰਹਿਣੀ ਚਾਹੀਦੀ ਜਿਨ੍ਹਾਂ ਦੋਸਤਾਂ ਨੇ ਜਿਨ੍ਹਾਂ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੀ ਇਹ ਖਸੂਸੀ ਰਿਕਵੈਸਟ ਹੈ ਕਿ ਅਨਮੋਲ ਚੈਨਲ ਤੁਹਾਡਾ ਆਪਣਾ ਚੈਨਲ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ए जी पिछे कट्टी है, है। नाड़ भी जनाब हाले तक ना ही है तू कट्टी वाला लाया यार तू मील तो फिरना जी मैं लू लाना ਹਲੋ 1 ਮਿੰਟ ਮੈਂ ਕਰਨਾ ਕਾਲ ਕੈਮਰਾਮੈਨ ਸਾਹਿਬ ਤੁਸੀਂ ਜਾਨਵਰ ਦਿਖਾਓ ਤੇ ਮੈਂ ਗੱਲਬਾਤ ਕਰ ਲੈਣਾ ਮਾਲਕਾਂ ਦੇ ਨਾਲ ਅਸਲਾਮੁਅਲੈਕਮ ਭਾਈ ਜੀ ਵਅਲੈਕਮੁਅਲੈਕਮ ਭਾਈ ਜਾਨ ਕੀ ਹਾਲ ਨੇ ਠੀਕ ਅੱਲਾਹ ਸ਼ੁਕਰ ਭਾਈ ਕੀ ਨਾਮ ਹੈ ਭਰਾ ਦਾ ਮਾਮਾ ਨ ਇਮਰਾਨ ਮੁਹੰਮਦ ਇਮਰਾਨ ਇਮਰਾਨ ਭਾਈ ਜਿਹੜੀ ਮੱਝ ਕੈਮਰਾਮੈਨ ਦਿਖਾ ਰਿਹਾ ਹੈ ਕਿੰਨਾ ਸੁਹਾ ਸੁਈਏ ਤੇ ਕਿਦੋ ਸੁਈਏ ਇਹਨੂੰ ਅਜੇ ਤੀਸਰਾ ਦਿਨ ਹੋ ਗਿਆ ਸੁਈ ਨੂੰ ਤੇ ਤੀਸਰਾ ਹੀ ਸੁਹਾ ਸੁਈਏ ਤੀਸਰਾ ਦਿਨੇ ਮਾਇ ਸੁਈ ਨੂੰ ਤੀਸਰਾ ਹੀ ਸੁਬਾ ਸੋਈਏ। ਹਾਜ਼ਰ ਟਾਈਮ ਕੱਟੀ ਨੂੰ ਛੱਡ ਕੇ ਕਿੰਨਾ ਦੁੱਧ ਜਾਂ ਬੋਲਾ ਚੁਆ ਸਕਦੇ ਆਂ? ਆਪਾਂ ਹਾਜ਼ਰ ਟਾਈਮ ਬੱਚੇ ਨੂੰ ਇੱਕ ਥਣ ਛੱਡ ਤੇ ਤੇ 16 ਲੀਟਰ ਚੁਆ ਜਾਂਦੇ। ਇੱਕ ਥਣ ਕੱਟੀ ਨੂੰ ਛੱਡ ਕੇ 16 ਕਿਲੋ ਦੋ ਟਾਈਮ ਦਾ ਚੁਆ ਸਕਦੇ। ਚੁਆ ਜਾਂਦੇ ਆਪਾਂ। ਕੋਈ ਭਰਾ ਵੀ ਆਵੇ ਤਾਂ ਆਪਾਂ ਉਹਨੂੰ ਰੋਟੀ ਪਾਣੀ ਦੇਵਾਂਦੇ ਤੇ ਦੋ ਟਾਈਮ ਭਾਵੇਂ ਚੋਲ ਤੇ ਤਸਲੀਆਂ ਕਰ ਲਵਿਆ ਆਪਦੀ। ਠੀਕ ਹੋ ਗਿਆ ਜੀ। ਬਾਕੀ ਇਹਦੇ ਥਣਾਂ ਚ ਕੁ ਵਾਦਾ ਕਾਟਾ, ਛੱਟਾ ਫੁਹਾਰ। ਨਾ, ਚੋਵਣ ਬੜਾ ਚੰਗੀ ਮੈਂ। ਇਹ ਗਰੰਟੀ ਹੋਏਗੀ ਆਪਣੀ। ਕੱਟੀ ਆਪਣੀ ਗਰੰਟੀ ਪਿਆਰ ਮੁਹੱਬਤ ਵਾਲਾ ਇਹਨਾਂ ਭਰਾਵਾਸਤੇ ਮੁੱਲ ਲੇ 3,85,000 ਰੁਪਇਆ 3,85,000 ਦੀ ਡਿਮਾਂਡ ਹੈ ਇਹਦੇ ਵਿੱਚ ਕੋਈ ਥੋੜੀ ਬਹੁਤੀ ਮੁਹੱਬਤ ਐਵੇਂ ਕੋਈ ਥੋੜਾ ਮੁਹੱਬਤ ਕਰਾਂਦੇ 5,000 ਰੁਪਏ ਦੀ ਕੋਈ ਭਰਾ ਲਵੇ ਤੇ 3,80,000 ਦੀ ਫਾਈਨਲ ਕਰਾਂਦੇ ਤੇ 90 ਦੀ ਫਾਈਨਲ ਦੇਣੀ ਹੈ ਹਾਂਜੀ ਠੀਕ ਹੋ ਗਿਆ ਤੇ ਕਿੰਨਾ ਕੋ ਦੁੱਧ ਕਰ ਜਾਏਗੀ ਕੀ ਹੈ ਤੂੰ ਬਾਦ ਮੈਲਾ ਸਿੱਟਣ ਤੋਂ ਬਾਦ ਦੁੱਧ ਕਰੇ ਦੀ ਮੈਂ 20 ਸਰ ਕਰ ਜੇ ਦੀ 20 ਕਿਲੋ ਕਰ ਜਾਏਗੀ ਹਾਂਜੀ ਇਹ 20 ਕਿਲੋ ਸਾਰਾ ਕਰੇਗੀ ਜਾਂ ਕੱਟੀ ਨੂੰ ਛੱਡ ਕੇ ਇਨਾਂ ਚ ਆਇਆ ਕਰੋਗੇ ਕੱਟੀ ਨੂੰ ਛੜ ਪ੍ਰਾਪ ਆਪਣੇ ਕੋਲ ਆ ਜਾ ਇਨਾਂ ਤਿੰਨਾ ਦਿਾਂ ਦੀ ਸੂਈ ਅਜੇ ਤੱਕ ਨਾੜਵਾ ਬੱਚੇ ਦਾ ਨਾਲ ਖੜਾ ਤੇ ਹੁਣ 16 ਲੀਟਰ ਦੁੱਧ ਹੈਗਾ ਬੱਚੇਨ ਛੜਤੇ ਤੇ ਇਹ ਕੋਈ ਕਿਵੇਂ ਟੱਪੇ ਦੀ 20 ਸਰ ਕਰੇ ਦੀ ਮੈਂ ਕਿੱਡੀ ਵੱਡੀ ਹੈਗੀ ਦੁੱਧ ਕਰਨ ਵਾਲੀ ਤੇ ਵਾਕਈ ਬਹੁਤ ਵੱਡੀ ਕਦ ਬੜਾ ਮਾਸ਼ਾਅੱਲਾ ਚਲੋ ਠੀਕ ਹੋ ਗਿਆ ਜਨਾਬ ਲੋ ਜੀ ਦੋਸਤੋ ਜਾਨਵਰ ਕੈਮਰੇ ਦੀ ਨਜ਼ਰ ਹੈ ਮਾਸ਼ਾਅੱਲਾ ਕਦ ਬੜਾ ਵੇਲ ਚੰਗੀ نسل ਜ਼ਾਦ ਬੜੀ ਅੱਛੀ ਹੈ ਮਾਈ ਦੀ ਤੀਸਰਾ ਸੁਬਾ ਸੂਈ ਆ ਤੀਸਰਾ ਦਿਨੇ ਮਾਲਕਾਂ ਦੇ ਬਕੌਲ ਮਾਈ ਸੂਈ ਨੂੰ ਪਿੱਛੇ ਕੱਟੀ ਹੈ ਬਿਲਕੁਲ ਸੇਮ ਆਪਣੀ ਮਾਂ ਵਰਗੀ 16 किलो ਦੁੱਧ ਇੱਕ ਥਣਕੱਟੀ ਨੂੰ ਛੱਡ ਕੇ ਜਨਾਬ ਦੋ ਟਾਈਮ ਦਾ ਪਾਈਆ ਰਿਚਵਾ ਸਕਦੇ ਨੇ 385000 ਰੁਪਏ ਡਿਮਾਂਡ ਕੀਤੀ ਏ 380000 ਦੀ ਮੱਝ ਫਾਈਨਲ ਦੇਣੀ ਹੈ ਜੀ ਬਿਲਕੁਲ ਇੰਜ ਹੀ ਹੈ ਕੈਮਰਾਮੈਨ ਸਾਹਿਬ ਜਰਾ ਦਿਖਾ ਦਿਓ ਇੱਕ ਵਾਰ ਫਿਰ ਪਾਈਆ ਰੀ ਕਹਿ ਰਹੇ ਨੇ ਕਿ ਮੱਝ ਦਿਖਾ ਦਿਓ ਅਗਰ ਕਿਸੇ ਦੋਸਤ ਕਿਸੇ ਵੀਰ ਨੇ ਮੱਝ ਖਰੀਦਣੀ ਹੈ ਸਾਡਾ ਰਾਪਤਰ ਨੰਬਰ 03116515132 03116515132 ऐसे नंबर त वट्सअप है दोस्तों अगर तो आज वाली वीडियो पसंद आए वीडियो में लाइक तो शेयर जरूर करना है जिंदगी राय तो मिलेंगे एक नई वीडियो के नाल अपने मेजबान फैसल जोई हम दे इजाजत अल्लाह हाफिज़